ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਸੁਖਬੀਰ ਮੈਸਰ ਖਾਨਾ। ਸਾਥੀਓ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿਛਲੇ ਦਿਨਾਂ ਤੋਂ ਮੇਰੀ ਫੇਸਬੁੱਕ ਪੋਸਟ ਨੂੰ ਦੇ ਗਲਤ ਮਤਲਬ ਕੱਢ ਕੇ ਵਿਰੋਧੀ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਮੈਂ ਕੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ। ਸਾਥੀਓ, ਮੈਂ ਦੱਸਣਾ ਚਾਹੁੰਦਾ ਕਿ ਮੈਂ ਲੋਕਾਂ ਦੇ ਧੰਨਵਾਦ ਕਰਨ ਲਈ, ਜੋ ਤੁਸੀਂ ਐਡੀ ਵੱਡੀ ਜਿੱਤ, ਐਡਾ ਵੱਡਾ ਤੁਸੀਂ ਮੈਨੂੰ ਸਾਥ ਦਿੱਤਾ, ਉਹਦੇ ਧੰਨਵਾਦ ਕਰਨ ਲਈ ਤੇ ਸਰਬੱਤ ਦੇ ਭਲੇ ਲਈ ਚੜ੍ਹਦੀ ਕਲਾ ਦੀ ਅਰਦਾਸ ਬੇਨਤੀਆਂ ਕਰਨ ਲਈ ਤਿੱਤਰ ਸਾਹਿਬ ਅਖੰਡ ਪਾਠ ਆਰੰਭ ਸਨ, ਉਹ ਭੋਗ ਉਹਦੇ ਜਿਹੜੇ ਅਗਲੇ ਦਿਨ ਪੈਣੇ ਸੀ, ਉਹ ਤੋਂ ਪਹਿਲਾਂ ਮੇਰਾ ਫੋਨ ਡਿਸਟਰਬ ਹੋ ਗਿਆ। ਅੱਜ ਕੱਲ੍ਹ ਬੜਾ ਚੱਲਦਾ ਕਿ ਹੈਕਰ ਤੁਹਾਡੇ ਨਾਲ ਬੜਾ ਫਰੋਡ ਕਰ ਜਾਂਦੇ ਨੇ, ਤੁਹਾਡੇ ਫੋਨ ਨੂੰ ਹੈਕ ਕਰ ਲੈਂਦੇ ਨੇ, ਤੁਹਾਡੇ ਖਾਤੇ ਜੁੜੇ ਹੁੰਦੇ ਨੇ ਫੋਨ ਦੇ ਨਾਲ ਤੇ ਉਦੋਂ ਪੈਸੇ ਕੱਢ ਲੈਂਦੇ ਨੇ। ਇਸ ਕਰਕੇ ਇਵੇਂ ਵੀ ਚੱਲਦਾ ਕਿ ਅੱਜ ਕੱਲ੍ਹ ਕੋਈ ਜਾਣ ਬੁੱਝ ਕੇ ਕਿਸੇ ਹੈਕਰ ਨੂੰ ਪੈਸੇ ਦੇ ਕੇ ਤੁਹਾਡਾ ਜਾਣ ਬੁੱਝ ਕੇ ਫੋਨ ਵੀ ਤੁਹਾਡਾ ਜਿਹੜਾ ਹੈਗਾ ਉਹਨੂੰ ਹੈਕ ਕਰ ਲੈਂਦੇ ਨੇ, ਕਰਵਾ ਲੈਂਦੇ ਨੇ। ਤਾਂ ਇਸ ਕਰਕੇ ਮੈਂ ਇਸ ਗੱਲ ਤੋਂ ਚਿੰਤਾ ਸੀ ਕਿ ਮੈਂ ਇੱਕ ਤਾਂ ਲੋਕਾਂ ਨੂੰ ਸੁਨੇਹੇ ਕਨਵੇ ਕਰਨੇ ਨੇ, ਮੇਰਾ ਫੋਨ ਡਿਸਟਰਬ ਹੋ ਰਿਹਾ, ਔਰ ਨਾਲ ਹੀ ਮੈਂ ਇੱਕ ਵੱਡਾ ਪ੍ਰੋਗਰਾਮ ਲੀਕਿਆ ਹੋਇਆ, ਤੇ ਦੂਸਰਾ ਮੈਨੂੰ ਇਹ ਵੀ ਫਿਕਰ ਸੀਗਾ ਕਿ ਮੈਂ 1.5 ਲੱਖ ਤੋਂ ਵੱਧ ਵੋਟਾਂ ਨੂੰ ਰੀਪ੍ਰੈਜੈਂਟ ਕਰਦਾ, ਚੁਣਿਆ ਹੋਇਆ ਨੁਮਾਇੰਦਾ ਹਲਕੇ ਦਾ, ਔਰ ਆਮ ਆਦਮੀ ਪਾਰਟੀ ਦੇ ਵਿੱਚ ਮੈਂ ਵਾਈਸ ਪ੍ਰੈਜੀਡੈਂਟ ਜੂਥ ਵਿੰਗ ਦੇ ਅਹੁਦੇ ਤੱਕ ਰਹਿ ਚੁੱਕੇ ਹਾਂ। ਕੱਲ ਨੂੰ ਕੋਈ ਮੇਰੇ ਫੋਨ ਨੂੰ ਹੈਕ ਕਰਕੇ ਕੋਈ ਗਲਤ ਸਟੇਟਮੈਂਟ ਜਾਰੀ ਕਰਦੇ, ਜਾਂ ਕੋਈ ਕੱਲ ਨੂੰ ਮੇਰੀ ਫਾਈਨੈਂਸ਼ੀਅਲੀ ਤੌਰ ਤੇ ਮੇਰੇ ਅਕਾਊਂਟ ਨਾਲ ਛੇੜਛਾੜ ਕਰਕੇ ਮੇਰਾ ਨੁਕਸਾਨ ਕਰਦੇ। ਇਸ ਕਰਕੇ ਮੈਂ ਇਹਦੀ ਸੂਚਨਾ ਡੀਸੀ ਸਾਹਿਬ ਨੂੰ ਬਠਿੰਡਾ ਨੂੰ ਦਿੱਤੀ ਕਿ ਮੇਰਾ ਫੋਨ ਮੈਨੂੰ ਇਦਾਂ ਲੱਗਦਾ ਵੀ ਕਿਸੇ ਨੇ ਹੈਕ ਕਰ ਲਿਆ ਹੁੰਦਾ। ਇਸ ਕਰਕੇ ਸਾਥੀਓ, ਇਹ ਮੈਂ ਉਹਨਾਂ ਦੇ ਧਿਆਨ ਚ ਲਿਆਂਦਾ ਸੀ, ਪਰ ਵਿਰੋਧੀ ਆਪਣੀਆਂ ਲੂੰਬੜ ਚਾਲਾਂ ਚੱਲ ਰਹੇ ਨੇ, ਮੈਂ ਉਹਨਾਂ ਦੇ ਧਿਆਨ ਚ ਕਰਾਉਣਾ ਚਾਹੁੰਦਾ। ਜਿਹੜੇ ਕਹਿੰਦੇ ਡੀਸੀ ਲੈਵਲ ਦਾ ਮਸਲਾ ਨਹੀਂ ਸੀ, ਕਿਉਂ ਨਹੀਂ ਸੀ ਡੀਸੀ ਲੈਵਲ ਦਾ ਮਸਲਾ, ਮੈਂ ਤੁਹਾਡੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਭਾਰਤ ਦੇ ਦੂਰ ਸੰਚਾਰ ਖੇਤਰ ਨੂੰ ਕੰਟਰੋਲ ਕਰਦੀ ਹੈ, ਇਹ ਕੇਂਦਰੀ ਏਜੰਸੀ ਹੈ, ਔਰ ਡੀਸੀ ਹਮੇਸ਼ਾ ਕੇਂਦਰ ਦੀ ਤਰਜਮਾਨੀ ਕਰਦੇ ਨੇ। ਜਿਵੇਂ ਕਿ ਕਿਸਾਨ ਅੰਦੋਲਨ ਵੇਲੇ ਵੀ ਜਦੋਂ ਕਾਲੇ ਕਾਨੂੰਨਾਂ ਦੇ ਖਿਲਾਫ ਸੰਘਰਸ਼ ਸ਼ੁਰੂ ਹੋਇਆ ਸੀ, ਸਭ ਤੋਂ ਪਹਿਲਾਂ ਮੈਮੋਰੈਂਡਮ ਡੀਸੀ ਨੂੰ ਕੇਂਦਰ ਦੇ ਨਾਂ ਤੇ ਭੇਜੇ ਗਏ। ਔਰ ਇਸੇ ਤਰ੍ਹਾਂ ਇਹ ਵੀ ਮਸਲਾ ਜਿਹੜਾ ਹੈਗਾ ਕੇਂਦਰੀ ਏਜੰਸੀ ਦਾ ਮਸਲਾ ਹੈ ਕਿ ਸਾਡੇ ਪੰਜਾਬ ਦੇ ਵਿੱਚ ਜਿਹਦੀ ਖਾਸ ਕਰਕੇ ਬਠਿੰਡਾ ਜ਼ਿਲ੍ਹੇ 'ਚ ਪਿਛਲੇ 2 ਮਹੀਨਿਆਂ ਤੋਂ ਫੋਨ ਕਾਲਾਂ ਹੁੰਦੀਆਂ ਨੇ, ਕੱਟ ਜਾਂਦੀਆਂ ਨੇ, ਗੱਲ ਹੁੰਦੀ ਨਹੀਂ, ਪੈਸੇ ਕੱਟੇ ਜਾਂਦੇ ਨੇ, ਔਰ ਇਹ ਵੀ ਇੱਕ ਵੱਡਾ ਸੀਰੀਅਸ ਮੁੱਦਾ ਇਸ਼ੂ ਹੈ। ਔਰ ਪਿਛਲੇ 2 ਮਹੀਨਿਆਂ ਤੋਂ ਬਠਿੰਡੇ 'ਚ ਇਹ ਸਮੱਸਿਆਵਾਂ ਵੱਖ ਵੱਖ ਪ੍ਰਾਈਵੇਟ ਕੰਪਨੀਆਂ ਤੋਂ ਆ ਰਹੀਆਂ ਨੇ, ਔਰ ਇਹ ਕੇਂਦਰੀ ਏਜੰਸੀਆਂ ਇਹਨਾਂ ਨੂੰ ਕੰਟਰੋਲ ਕਰਦੀਆਂ ਨੇ। ਇਸ ਕਰਕੇ ਇਹ ਇਸ਼ੂ ਦੇ ਉੱਪਰ ਡੀਸੀ ਸਾਹਿਬ ਦੇ ਧਿਆਨ 'ਚ ਲਿਆਉਣਾ ਵੀ ਬੜਾ ਜ਼ਰੂਰੀ ਬਣਦਾ ਸੀ, ਇਸ ਕਰਕੇ ਤਾਂ ਜੋ ਉਹ ਕੇਂਦਰ ਦੀ ਤਰਜਮਾਨੀ ਕਰਦੇ ਹੋਏ ਇਹਦੇ ਮਸਲੇ ਦਾ ਉਹਨਾਂ ਦੀ ਏਜੰਸੀਆਂ ਤੋਂ ਪ੍ਰੋਪਰ ਹੱਲ ਕਰਵਾ ਸਕਣ। ਤੋਂ ਦੂਸਰੇ ਪਾਸੇ ਬਾਕੀ ਜਿਹੜੇ ਵਿਰੋਧੀ ਨੇ, ਉਹ ਵਿਰੋਧੀਆਂ ਨੂੰ ਮੈਂ ਇੱਕੋ ਗੱਲ ਕਹਿਣਾ ਚਾਹੁੰਦਾ ਕਿ ਇਹੋ ਜਿਹੀਆਂ ਕੋਝੀਆਂ ਚਾਲਾਂ ਚੱਲ ਕੇ ਬੇਵਕੂਫ ਵਾਲੀਆਂ ਗੱਲਾਂ ਕਰਕੇ ਤੁਸੀਂ ਕਦੇ ਵੀ ਸਿਆਸੀ ਤੌਰ ਤੇ ਕੋਈ ਫਾਇਦਾ ਨਹੀਂ ਲੈ ਸਕਦੇ। ਲੋਕ ਬੜੇ ਸਿਆਣੇ ਨੇ, ਸੂਝਵਾਨ ਨੇ, ਇਸ ਕਰਕੇ ਮੈਨੂੰ ਆਪਦੇ ਲੋਕਾਂ ਤੇ ਪੂਰਾ ਯਕੀਨ ਹੈ ਔਰ ਉਹਨਾਂ ਨੂੰ ਮੇਰੇ ਉੱਪਰ। ਇਸ ਕਰਕੇ ਤੁਸੀਂ ਇਹੋ ਜਿਹੀਆਂ ਕੋਝੀਆਂ ਚਾਲਾਂ ਚੱਲਣ ਤੋਂ ਬਾਜ ਆ ਜਾਓ, ਨਹੀਂ ਤਾਂ ਲੋਕ ਤੁਹਾਨੂੰ ਪਹਿਲਾਂ ਵੀ ਨਕਾਰ ਚੁੱਕੇ ਨੇ, ਆਉਣ ਵਾਲੇ ਸਮੇਂ ਦੇ ਵਿੱਚ ਵੀ ਨਕਾਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।